ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸਰਦਾਰ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ ਪੰਜਾਬੀ ਜਾਗ੍ਰਿਤੀ ਮੰਚ ਪੰਜਾਬ ਅਤੇ ਪੰਜਾਬੀ ਕਲਾਕਾਰਾਂ ਦੇ ਸਹਿਯੋਗ ਦੇ ਨਾਲ ਪੰਜਾਬੀ ਮਾਂ ਬੋਲੀ ਦਿਨ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿੱਚ ਕਰਵਾਇਆ ਗਿਆ। ਉੱਥੇ ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਾਡਾ ਪੰਜਾਬੀ ਕਲਚਰ ਪੰਜਾਬੀ ਮਾਂ ਬੋਲੀ ਤੋਂ ਪਿਛੜਦਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਕਲਾਕਾਰਾਂ ਅਤੇ ਪੰਜਾਬ ਵਾਸੀਆਂ ਤੋਂ ਅਪੀਲ ਕੀਤੀ ਕਿ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਾ ਭੁੱਲਿਆ ਜਾਵੇ। ਅੱਜ ਅਸੀਂ ਪੰਜਾਬੀ ਦੇ ਕਲਾਕਾਰਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਰਲ ਕੇ ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਅੱਜ ਮਾਂ ਬੋਲੀ ਦਿਵਸ ਅਸੀਂ ਮਨਾ ਰਹੇ ਹਾਂ। ਪਹਿਲਾਂ ਅਸੀਂ ਮਾਰਚ ਕੱਢਿਆ ਸਵੇਰੇ ਇੱਥੋਂ ਕਚਹਿਰੀਆਂ ਤੱਕ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਪੁੱਤ ਤੇ ਹਾਰ ਪਾ ਕੇ, ਫਿਰ ਅਸੀਂ ਅੰਦਰ ਜਿਹੜੇ ਕਵੀ ਦਰਬਾਰ ਬੁਲਾਰੇ ਅਤੇ ਉਹਦੇ ਵਿੱਚ ਸਾਡੇ ਮਲਕੀਤ ਮਹਿਤਪੁਰੀ ਅਮੈਰੀਕਾ ਤੋਂ ਆਏ ਨੇ, ਉਹਨਾਂ ਦੀ ਕਿਤਾਬ ਰਿਲੀਜ਼ ਕਰ ਰਹੇ ਹਾਂ ਅਤੇ ਪਵਨ ਗਿੱਲਾਂ ਵਾਲਾ, ਇਹ ਦੋ ਕਿਤਾਬਾਂ ਅਸੀਂ ਅੱਜ ਰਿਲੀਜ਼ ਕਰ ਰਹੇ ਹਾਂ ਅਤੇ ਬੜੀ ਦੂਰੋਂ ਦੂਰੋਂ ਲੇਖਕ, ਕਲਾਕਾਰ, ਸਾਹਿਤਕਾਰ ਅੱਜ ਇਸ ਸਮਾਗਮ ਦੇ ਵਿੱਚ ਪੁੱਜੇ ਆ। ਅਤੇ ਮੈਂ ਇਹ ਬੇਨਤੀ ਕਰਾਂਗਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਰੱਜ ਕੇ ਮਾਂ ਬੋਲੀ ਦਿਵਸ ਜਿਹੜਾ ਹਰ ਜ਼ਿਲ੍ਹੇ ਦੇ ਵਿੱਚ ਆਪਾਂ ਮਨਾਇਆ ਕਰੀਏ, ਕਿਉਂਕਿ ਆਪਣੀ ਮਾਂ ਬਾਬੇ ਨਾਨਕ ਦੀ ਬੋਲੀ ਜਿਹੜੀ ਆ, ਬਾਬਾ ਬੁੱਲੇ ਸ਼ਾਹ ਦੀ ਬੋਲੀ ਆ, ਉਹਦਾ ਬੋਲੀ ਦਾ ਆਪਾਂ ਸਤਿਕਾਰ ਕਰੀਏ ਅਤੇ ਵੱਧ ਤੋਂ ਵੱਧ ਇਸ ਮਾਂ ਬੋਲੀ ਨੂੰ ਆਪਾਂ ਮਾਣ ਦਈਏ, ਕਿਉਂਕਿ ਸਾਡੀ ਪੰਜਾਬੀ ਬੋਲੀ ਆ, ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਮਾਂ ਬੋਲੀ 'ਤੇ। ਅੱਜ ਪੰਜਾਬੀ ਮਾਂ ਬੋਲੀ ਦਿਵਸ ਹੈ। ਅਸੀਂ ਆਪਣੇ ਆਪ ਨੂੰ ਕੀ ਕਹਿ ਸਕਦੇ ਹਾਂ, ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਜਿਹੜੀ ਜਨਮ ਭੂਮੀ ਹੈ ਉਹਦੇ ਵਿੱਚ ਹੀ ਸਾਨੂੰ ਪੰਜਾਬੀ ਦਿਵਸ ਮਨਾਉਣੇ ਪੈ ਰਹੇ ਨੇ। ਇਹ ਸਾਡੀ, ਮੈਂ ਕਹਾਂਗਾ, ਅਣਗਹਿਲੀ ਹੈ ਜਾਂ ਇਹ ਕਮਜ਼ੋਰੀ ਹੈ ਕਿ ਸਾਨੂੰ ਆਪਦੀ ਮਾਂ ਬੋਲੀ ਦੀ ਬਾਬਤ ਇੰਨੀ ਫਿਕਰਮੰਦੀ ਕਰਨੀ ਪੈ ਰਹੀ ਆ। ਦੁਨੀਆ ਦੀਆਂ ਬਾਕੀ ਭਾਸ਼ਾਵਾਂ ਨੇ, ਚਾਹੇ ਬੰਗਾਲੀ ਹੈ, ਚਾਹੇ ਗੁਜਰਾਤੀ ਹੈ, ਚਾਹੇ ਇੰਗਲਿਸ਼ ਵੀ ਆ, ਉਹਨਾਂ ਨੂੰ ਐਸੀ ਕੋਈ ਸਮੱਸਿਆ ਨਹੀਂ ਆਉਂਦੀ ਜਿਹੜੀ ਸਾਨੂੰ ਸਾਡੇ ਪੰਜਾਬ 'ਚ ਹੀ ਆ ਰਹੀ ਹੈ। ਅੱਜ ਪੰਜਾਬੀ ਮਾਂ ਬੋਲੀ ਕੈਨੇਡਾ ਦੇ ਵਿੱਚ ਤੀਜੇ ਨੰਬਰ 'ਤੇ, ਆਸਟ੍ਰੇਲੀਆ 'ਚ ਦੂਜੇ ਨੰਬਰ 'ਤੇ ਬੋਲੀ ਜਾਂਦੀ ਹੈ, ਔਰ ਦੁਨੀਆ ਦੇ ਵਿੱਚ 18 ਕਰੋੜ ਬੰਦੇ ਨੇ ਜਿਹੜੇ ਪੰਜਾਬੀ ਮਾਂ ਬੋਲੀ ਪੰਜਾਬੀ ਬੋਲੀ ਬੋਲਦੇ ਨੇ। ਇਹਦੇ ਬਾਵਜੂਦ ਵੀ ਸਾਨੂੰ ਸਾਡੇ ਘਰ ਦੇ ਵਿੱਚ ਪਰਦੇਸੀਆਂ ਨੂੰ ਵਿਹਾਰ ਕੀਤਾ ਜਾ ਰਿਹਾ। ਇਹਦੇ ਵਿੱਚ ਜਿੱਥੇ ਅਸੀਂ ਲੋਕ ਦੋਸ਼ੀ ਹਾਂ, ਸਰਕਾਰਾਂ ਦਾ ਵੀ ਥੋੜ੍ਹਾ ਬਹੁਤ ਕਸੂਰ ਆ ਕਿ ਸਰਕਾਰਾਂ ਨੇ ਸਖਤੀ ਨਾਲ ਮਾਂ ਬੋਲੀ ਦੀ ਖਾਤਰ ਕੰਮ ਨਹੀਂ ਕੀਤਾ। ਪ੍ਰਾਈਵੇਟ ਸਕੂਲਾਂ ਦੇ ਵਿੱਚ ਮਾਂ ਬੋਲੀ ਨੂੰ ਬਿਲਕੁਲ ਅਣਗੌਲਿਆ ਕੀਤਾ ਜਾ ਰਿਹਾ, ਜਿਹੜਾ ਕਿ ਜ਼ਰੂਰੀ ਹੈ। ਅਸੀਂ ਲੋਕ ਜਿਹੜੇ ਖੁਦ ਪੁਰਾਣੀ ਪੀੜ੍ਹੀ ਦੇ ਹਾਂ, ਅਸੀਂ ਅੰਗਰੇਜ਼ੀ 6ਵੀਂ 'ਚ ਪੜ੍ਹੀ, ਵਧੀਆ ਕੰਮ ਕੀਤਾ ਅਸੀਂ ਅੰਗਰੇਜ਼ੀ ਦੇ ਵਿੱਚ, ਸਾਰਾ ਕੁਝ ਸਾਨੂੰ ਵੱਧ ਅੰਗਰੇਜ਼ੀ ਆਉਂਦੀ ਆ। ਹੁਣ ਪਤਾ ਨਹੀਂ ਪਹਿਲੀ ਤੋਂ ਅੰਗਰੇਜ਼ੀ ਪੜ੍ਹਨ ਵਾਲੇ ਕਿ ਦੁਨੀਆ 'ਤੇ ਕੀ ਲਹਿਦਾ ਚੰਦ ਚੜ੍ਹ ਰਹੇ ਨੇ, ਸਾਡੀ ਸਮਝ ਤੋਂ ਤਾਂ ਇਹ ਬਾਹਰ ਆ। ਪਰ ਮੈਂ ਅਸੀਂ ਇਹ ਗੱਲ ਕਹਾਂਗੇ ਵੀ ਆਪਦੀ ਮਾਂ ਬੋਲੀ ਨੂੰ ਨਾ ਭੁੱਲੋ। ਜੇ ਕਹਿੰਦੇ ਮਾਂ ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਂਗੂ ਰੁੱਲ ਜਾਓਗੇ, ਬੜੇ ਨਾਰੇ ਆਪਾਂ ਦੇਖਦੇ ਹਾਂ, ਸੁਣਦੇ ਹਾਂ, ਪਰ ਸਾਡੀ ਮਾਂ ਬੋਲੀ ਦੇ ਵਿੱਚ ਵਿੱਦਿਆ ਜਿਹੜੀ ਸਾਡੀ ਪ੍ਰਾਇਮਰੀ ਵਿੱਦਿਆ, ਉਹ ਸਾਡੀ ਮਾਂ ਬੋਲੀ ਦੇ ਵਿੱਚ ਹੋਣੀ ਚਾਹੀਦੀ ਆ। ਔਰ ਇਹ ਮਾਂ ਬੋਲੀ ਸਾਡੀ ਪ੍ਰਾਇਮਰੀ ਵਿੱਦਿਆ ਤੋਂ ਲੈ ਕੇ ਇੰਜੀਨੀਅਰਿੰਗ ਦੀਆਂ ਡਿਗਰੀਆਂ, ਮੈਡੀਕਲ ਦੀਆਂ ਡਿਗਰੀਆਂ ਤੱਕ ਜਾਣੀ ਚਾਹੀਦੀ ਆ, ਸਾਇੰਸ ਵੀ ਇਹਦੇ ਵਿੱਚ ਹੋਣੀ ਚਾਹੀਦੀ ਆ, ਸਾਨੂੰ ਉਹਦੀ ਖਾਤਰ ਕੰਮ ਕਰਨਾ ਚਾਹੀਦਾ। ਲੁਧਿਆਣਾ ਤੋਂ ਵਿਕਾਸ ਬੰਬਰੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।